ਕਹਿੰਦੀ ਸੀ ਵੀਰ ਜੀ ਘਰੋਂ ਕਹਿੰਦੀ ਸੀ ਫੋਨ ਕਰਕੇ ਆਓ ਜਦ ਅਸੀਂ ਫੋਨ ਕਰਦੇ ਸੀ ਉਹ ਮੂਰਲੇ ਕਹਿੰਦੇ ਸੀ ਵੀ ਉਹਨੇ ਤਾਂ ਜਾਣਾ ਵਾ ਮੀਟਿੰਗ ਤੇ ਉੱਥੇ ਜਾਣਾ ਉੱਥੇ ਸਾਨੂੰ ਮਿਲੀ ਨਹੀਂ ਉਹ ਨਹੀਂ ਕੋਣ ਨਹੀਂ ਮਿਲਿਆ ਐਮਐਲਏ ਸਰਜੀਤ ਮਾਣੂ ਕੇ ਅੱਛਾ ਜੀ ਹਾਂਜੀ ਤੇ ਦੂਜੀਆਂ ਮਾਵਾਂ ਦੇ ਬੱਚੇ ਬਚ ਜਾਣ ਤਾਂ ਇੰਨਾ ਹੀ ਬਹੁਤ ਉਹ ਵੀ ਤਾਂ ਅਕਸਰ ਮੇਰੀ ਜਗ੍ਹਾ ਤੇ ਹੀ ਆ ਬਿਲਕੁਲ ਮੇਰਾ ਤਾਂ ਹੱਥ ਧੋ ਕੇ ਬਹਿ ਗਈ ਮੈਂ ਤਾਂ ਹੁਣ ਤੋਂ ਮੁੜਨਾ ਨਹੀਂ ਜੀ ਪਿੰਡ ਚ ਮਿਲ ਜਾਂਦਾ ਸੀ ਨਸ਼ਾ ਹਾਂਜੀ ਹਾਂਜੀ ਪਿੰਡ ਚ ਵੀ ਸ਼ਰੇਆਮ ਵੇਖਦਾ ਬਾਹਰ ਵੀ ਆਪਣੇ ਜਗਰਾਵਾਂ ਜੀ ਸ਼ਰੇਆਮ ਮਿਲੀ ਜਾਂਦਾ ਵਾ ਆ ਹੁਣ ਚੱਲ ਵੜੋ ਨਾਲ ਮੇਰੇ ਹੁਣ ਦਵਾ ਲਿਓ ਨਾ ਮੈਂ ਤੁਹਾਨੂੰ ਕਿੰਨਾ ਚਾਹੀਦਾ ਪਿੰਡ ਚ ਪਹਿਲਾਂ ਵੀ ਮੌਤ ਹੋਈ ਐਦਾਂ ਦੀ ਚਿੱਟੇ ਕਰਕੇ ਪਿੰਡ ਦੇ ਵਿੱਚ ਜੀ ਇਹ ਤੇ 12ਵੀਂ 13ਵੀਂ ਮੌਤ ਆ ਮੇਰੇ ਭਰਾ ਦੀ ਜੀ ਜਗਰਾਉਂ ਦੇ ਪਿੰਡ ਮਲਕ 'ਚ ਇੱਕ 23 ਸਾਲਾ ਨੌਜਵਾਨ ਕਰਮਜੀਤ ਸਿੰਘ ਦੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਹੋ ਗਈ ਜਿਸ ਤੋਂ ਬਾਅਦ ਜਿੱਥੇ ਪੂਰਾ ਪਿੰਡ ਪਰੇਸ਼ਾਨ ਹੈ ਤਾਂ ਪਰਿਵਾਰ 'ਤੇ ਵੀ ਦੁੱਖਾਂ ਦਾ ਪਹਾੜ ਟੁੱਟਿਆ ਹੈ ਇਸ ਘਟਨਾ ਦੇ ਨਾਲ ਪੰਜਾਬ ਸਰਕਾਰ ਦੇ ਉਹਨਾਂ ਦਾਅਵਿਆਂ 'ਤੇ ਵੀ ਸਵਾਲ ਖੜੇ ਹੁੰਦੇ ਨੇ ਜੋ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਲੋਕਾਂ ਦੇ ਨਾਲ ਕੀਤੇ ਸੀ ਕਿ ਸਰਕਾਰ ਬਣਦੇ ਹੀ ਪੰਜਾਬ 'ਚੋਂ ਨਸ਼ਾ ਖਤਮ ਕੀਤਾ ਜਾਵੇਗਾ ਇਸ ਦੇ ਨਾਲ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੁਲਿਸ 'ਤੇ ਵੀ ਇਲਜ਼ਾਮ ਲਗਾਏ ਨੇ ਕਿ ਉਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਇਸ ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸਦੇ ਪੁੱਤ ਦੀ ਚਿੱਟਾ ਲਾਉਣ ਦੇ ਕਾਰਨ ਮੌਤ ਹੋਈ ਹੈ ਉਹਨਾਂ ਨਾਲ ਹੀ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਦੇ ਲਈ ਉਹਨਾਂ ਕਈ ਵਾਰ ਹਲਕਾ ਵਿਧਾਇਕ ਸਰਬਜੀਤ ਮਾਣੂਕੇ ਨੂੰ ਫੋਨ ਕੀਤੇ ਅਤੇ ਮਿਲਣ ਦੀ ਕੋਸ਼ਿਸ਼ ਵੀ ਕੀਤੀ ਪਰ ਹਰ ਵਾਰ ਵਿਧਾਇਕ ਦੇ ਬੰਦਿਆਂ ਨੇ ਇਹੀ ਕਿਹਾ ਕਿ ਮੈਡਮ ਮੀਟਿੰਗ 'ਚ ਨੇ ਜਾਂ ਫਿਰ ਕਿਤੇ ਬਾਹਰ ਨੇ ਉਹਨਾਂ ਕਿਹਾ ਕਿ 4 ਮਹੀਨੇ ਤੋਂ ਉਹਨਾਂ ਮਿਲਣ ਦੀ ਕੋਸ਼ਿਸ਼ ਕੀਤੀ ਪਰ ਮੁਲਾਕਾਤ ਨਾ ਹੋ ਸਕੀ ਅਤੇ ਉਹਨਾਂ ਨੂੰ ਆਪਣਾ ਪੁੱਤ ਗਵਾਉਣਾ ਪਿਆ ਜੀ ਤੇ ਕੀ ਹੋ ਗਿਆ ਸੀ ਉਹ ਨਸ਼ਾ ਨੁਸ਼ਾ ਕਰਨ ਲੱਗ ਗਿਆ ਸੀ ਹਾਂਜੀ ਕਰਦਾ ਸੀ ਵੀਰ ਜੀ ਨਸ਼ਾ ਤੇ ਚਿੱਟੇ ਦਾ ਹੀ ਕਰਦਾ ਸੀਗਾ ਹਾਂਜੀ ਤੇ ਤੁਸੀਂ ਕਦੀ ਮਤਲਬ ਉਹਨੂੰ ਸਮਝਾਇਆ ਨਹੀਂ ਜਾਂ ਮਤਲਬ ਕੋਈ ਇਲਾਜ ਲੋਈ ਨਹੀਂ ਦੇਖਿਆ ਉਹਦਾ ਬਹੁਤ ਇਲਾਜ ਕਰਾਇਆ ਵੀਰ ਜੀ ਬਹੁਤ ਸਮਝਾਇਆ ਤੇ ਪਿੰਡ 'ਚ ਵਿਕਦਾ ਸੀ ਸਾਰਾ ਨਸ਼ਾ ਹਾਂਜੀ ਪਿੰਡ 'ਚੋਂ ਵੀ ਮਿਲਦਾ ਬਾਹਰੋਂ ਵੀ ਮਿਲਦਾ ਕਿਤੋਂ ਵੀ ਮਿਲਦਾ ਜਾਣੀ ਨਸ਼ਾ ਮਿਲਦਾ ਹੀ ਮਿਲਦਾ ਚਿੱਟੇ ਦਾ ਜ਼ਰੂਰ ਇਹਨਾਂ ਨੂੰ ਜੀ ਕਿਤੋਂ ਨਾ ਕਿਤੋਂ ਜਾ ਕੇ ਕਹਿਣਾ ਕੀ ਸੀ ਵੀਰ ਜੀ ਘਰੋਂ ਕਹਿੰਦੀ ਸੀ ਫੋਨ ਕਰਕੇ ਆਵੋ ਜਦ ਅਸੀਂ ਫੋਨ ਕਰਦੇ ਸੀ ਉਹ ਮੂਹਰਲੇ ਕਹਿੰਦੇ ਸੀ ਵੀ ਉਹਨੇ ਤਾਂ ਜਾਣਾ ਵਾ ਮੀਟਿੰਗ ਤੇ ਉੱਥੇ ਜਾਣਾ ਉੱਥੇ ਸਾਨੂੰ ਮਿਲੀ ਹੀ ਨਹੀਂ ਉਹ ਨਹੀਂ ਕੌਣ ਨਹੀਂ ਮਿਲਿਆ ਐਮਐਲਏ ਸਰਬਜੀਤ ਮਾਣੂਕੇ ਅੱਛਾ ਜੀ ਹਾਂਜੀ ਸਾਡੇ ਬੱਚੇ ਦੇ ਬਾਰੇ ਹਾਂਜੀ ਗੱਲ ਉਹਦੇ ਨਾਲ ਨਹੀਂ ਹੋਈਗੀ ਸਰਬਜੀਤ ਨਾਲ ਜਿਹੜੇ ਮੂਹਰੇ ਫੋਨ ਚੱਕਦੇ ਆ ਨਾ ਕੋਈ ਵੀ ਚੱਕਦਾ ਉਹਨਾਂ ਦਾ ਉਹ ਕਹਿੰਦੇ ਸੀ ਵੀ ਹੈ ਨਹੀਂ ਗਏ ਐਮਐਲਏ ਨੇ ਅੱਜ ਬੈਠਣਾ ਨਹੀਂ ਤੁਸੀਂ ਆਇਓ ਨਾ ਜੀ ਕਿੰਨੇ ਮਹੀਨੇ ਲਗਾਤਾਰ ਫੋਨ ਕਰਦੇ ਤੁਸੀਂ ਲਗਾਤਾਰ ਅਸੀਂ ਫੋਨ 4-5 ਮਹੀਨਿਆਂ ਦੇ ਕਰਦੇ ਤੁਹਾਡੇ ਨਾਲ ਮੁਲਾਕਾਤ ਹੀ ਨਹੀਂ ਹੋਈ ਨਹੀਂ ਮੁਲਾਕਾਤ ਹੋਈ ਹੀ ਨਹੀਂ ਤੇ ਹੋਰ ਵੀ ਬੱਚੇ ਪਿੰਡ 'ਚ ਕਰਦੇ ਆ ਨਸ਼ਾ ਜੀ ਕਰਦੇ ਹਾਂ ਜੀ ਬਹੁਤ ਸਾਡੇ ਪਿੰਡ 'ਚ ਨਸ਼ਾ ਬਹੁਤ ਜ਼ਿਆਦੇ ਕੀ ਮੰਗ ਕਰਦੇ ਹੋ ਵੀ ਇਹਨੂੰ ਠੱਲ ਪੈਣੀ ਚਾਹੀਦੀ ਆ ਹਾਂਜੀ ਠੱਲ ਪੈਣੀ ਆ ਮੇਰੀ ਤਾਂ ਕੁੱਖ ਖਾਲੀ ਹੋ ਗਈ ਆ ਤੇ ਦੂਜੀਆਂ ਮਾਵਾਂ ਦੇ ਬੱਚੇ ਬਚ ਜਾਣ ਤਾਂ ਇੰਨਾ ਹੀ ਬਹੁਤ ਉਹ ਵੀ ਤਾਂ ਅਕਸਰ ਮੇਰੀ ਜਗ੍ਹਾ 'ਤੇ ਹੀ ਆ ਬਿਲਕੁਲ ਮੇਰਾ ਤਾਂ ਹੱਥ ਧੋ ਕੇ ਬਹਿ ਗਈ ਮੈਂ ਤਾਂ ਹੁਣ ਤੋਂ ਮੁੜਨਾ ਨਹੀਂ ਗਾ ਨਹੀਂ ਬਿਲਕੁਲ ਸਹੀ ਗੱਲ ਇਸ ਮੌਕੇ ਮ੍ਰਿਤਕ ਨੌਜਵਾਨ ਦੇ ਭਰਾ ਦਾ ਕਹਿਣਾ ਹੈ ਕਿ ਉਹਨਾਂ ਦੇ ਪਿੰਡ 'ਚ ਨਸ਼ਾ ਸ਼ਰਿਆ ਮਿਲਦਾ ਹੈ ਤੇ ਜੇਕਰ ਕਿਸੇ ਦਿਨ ਪਿੰਡ 'ਚ ਨਸ਼ਾ ਨਾ ਮਿਲੇ ਤਾਂ ਪਿੰਡ ਦੇ ਨੌਜਵਾਨ ਜਗਰਾਉਂ ਤੋਂ ਨਸ਼ਾ ਲੈ ਕੇ ਆਉਂਦੇ ਨੇ ਉਸਦਾ ਕਹਿਣਾ ਕਿ ਇਸੇ ਤਰ੍ਹਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਉਹਨਾਂ ਦੇ ਪਿੰਡ 'ਚ ਇਹ 13ਵੀਂ ਮੌਤ ਹੋਈ ਹੈ ਮ੍ਰਿਤਕ ਦੇ ਭਰਾ ਦਾ ਕਹਿਣਾ ਕਿ ਕੋਈ ਪੁਲਿਸ ਜਾਂ ਫਿਰ ਸਰਕਾਰ ਕੁਝ ਨਹੀਂ ਕਰਦੀ ਤੇ ਨਸ਼ਾ ਆਮ ਵਿਕ ਰਿਹਾ ਹੈ ਉਸਦਾ ਕਹਿਣਾ ਕਿ ਨਸ਼ਾ ਵੇਚਣ ਵਾਲਿਆਂ 'ਤੇ ਸਮਾਂ ਰਹਿੰਦੀ ਨੱਥ ਪਾਉਣੀ ਚਾਹੀਦੀ ਹੈ ਕਰਮਜੀਤ ਸਿੰਘ ਜੀ ਨਾਲ ਹਾਂਜੀ ਤੇ ਚਿੱਟਾ ਜਾਦੇ ਜੀ ਚਿੱਟੇ ਦਾ ਨਸ਼ਾ ਕਰਦਾ ਸੀ ਪਿੰਡ ਚ ਵੀ ਸ਼ਰੇਆਮ ਵੇਖਦਾ ਬਾਹਰ ਵੀ ਆਪਣੇ ਜਗਰਾਵਾਂ ਜੀ ਸ਼ਰੇਆਮ ਮਿਲੀ ਜਾਂਦਾ ਵਾ ਆ ਹੁਣ ਚੱਲ ਵੜੋ ਨਾਲ ਮੇਰੇ ਹੁਣ ਦਵਾ ਲਿਓ ਨਾ ਮੈਂ ਤੁਹਾਨੂੰ ਕਿੰਨਾ ਚਾਹੀਦਾ ਕੋਈ ਸਰਕਾਰਾਂ ਕੋਈ ਪੁਲਿਸ ਕੁਝ ਨਹੀਂ ਕਰਦੀ ਜੀ ਸਭ ਰਲੇ ਹੋਈ ਚੱਲਦੇ ਨੇ ਤੇ ਕੁਛ ਆਪਣਾ ਪਿੰਡ 'ਚ ਪਹਿਲਾਂ ਵੀ ਮੌਤ ਹੋਈ ਇੱਦਾਂ ਦੀ ਚਿੱਟੇ ਕਰਕੇ ਪਿੰਡ ਦੇ ਵਿੱਚ ਜੀ ਇਹ ਤੇ 12ਵੀਂ 13ਵੀਂ ਮੌਤ ਆ ਮੇਰੇ ਭਰਾ ਦੀ ਹੈ ਜਿਹੜੀ 13ਵੀਂ ਮੌਤ ਆ ਮੈਂ ਚਿੱਟੇ ਨਾਲ ਹੀ ਹੋਈ ਆ ਪਹਿਲਾਂ ਹੀ ਸਾਰੀਆਂ ਮੌਤਾਂ 5-6 ਹਲੇ ਹੋਰ ਮਰਨ 'ਤੇ ਤਿਆਰ ਪਏ ਆ ਸਾਡੇ ਪਿੰਡ ਦੇ ਵਿੱਚ ਜੇ ਧਿਆਨ ਦਿੱਤਾ ਜਾਵੇ ਤਾਂ ਬਚ ਸਕਦੇ ਆ ਹਾਂਜੀ ਕੀ ਮੰਗ ਕਰਦੇ ਹੋ ਹੁਣ ਤੁਸੀਂ ਮੰਗ ਇਹੀ ਕਰਦੇ ਹਾਂ ਜੀ ਚਲੋ ਸਾਡਾ ਤਾਂ ਹੁਣ ਤੁਰ ਗਿਆ ਅਤੇ ਜਾਂ ਨਸ਼ਾ ਇਹ ਬੰਦ ਕੀਤਾ ਜਾਵੇ ਕਾਬੂ ਕੀਤਾ ਜਾਵੇ ਜਿਹੜੇ ਵੇਚਦੇ ਆ ਉਹਨਾਂ 'ਤੇ ਪਰਚਾ ਦਿੱਤਾ ਜਾਵੇ ਹੋਰ ਹੋਊਗੀ 80 ਸਾਲ ਦੀ ਹੋਊਗੀ ਨਸ਼ਾ ਕਦੋਂ ਦਾ ਸੁਣਿਆ ਵੀ ਚੱਲਿਆ ਨਸ਼ਾ
ਨਸ਼ਾ ਅੱਗੇ ਤਾਂ ਹੀ ਨਹੀਂ ਸੀ ਸਾਡੇ ਆਹ ਹੁਣ ਹੀ ਹੁਣ ਚੱਲ ਅੱਗੇ ਨਹੀਂ ਸਾਡੇ ਮਤਲਬ ਸਰਕਾਰ ਕਹਿੰਦੀ ਸੀ ਅਸੀਂ ਖਤਮ ਕਰਾਂਗੇ ਨਸ਼ਾ ਕਰਨ ਭਗਵੰਤ ਮਾਨ ਦੀ ਸਰਕਾਰ ਕਹਿੰਦੀ ਸੀ ਨਹੀਂ ਹੋਇਆ ਖਤਮ ਸ਼ੋ ਕਰਨਾ ਹੋਇਆ ਨਹੀਂ ਹੋਇਆ ਨਹੀਂ ਨਾ ਨਾ ਕੀ ਮੰਗ ਕਰਦੇ ਹੋ ਜੀ ਵੀ ਖਤਮ ਹੋਣਾ ਚਾਹੀਦਾ ਹਾਂ ਖਤਮ ਹੋਣਾ ਚਾਹੀਦਾ ਹੈ ਜੇ ਜਵਾਕਾਂ ਨੂੰ ਖੁੱਠ ਲਵਾਂਗੇ ਠੀਕ ਹੈ ਜੀ ਤੇ ਮੁੱਲ ਮਿਲਦੇ ਨੇ ਹਾਂ ਠੀਕ ਹੈ ਜੀ ਜ਼ਿਕਰਯੋਗ ਹੈ ਕਿ ਪੰਜਾਬ 'ਚ ਆਏ ਦਿਨ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਨੇ ਕਈ ਮਾਵਾਂ ਦੇ ਪੁੱਤ ਚੜ੍ਹਦੀ ਜਵਾਨੀ ਇਸ ਜਹਾਨ ਨੂੰ ਤੁਰ ਗਏ ਨੇ ਸਰਕਾਰਾਂ ਵੱਲੋਂ ਨਸ਼ਾ ਰੋਕਣ ਦੇ ਦਾਅਵੇ ਤਾਂ ਕੀਤੇ ਜਾਂਦੇ ਨੇ ਪਰ ਰੋਜ਼ਾਨਾ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਇਸ ਦੀ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ ਲੁਧਿਆਣਾ ਤੋਂ ਲਖਵਿੰਦਰ ਸਿੰਘ ਪੰਜਾਬੀ ਲੋਕ ਚੈਨਲ